ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟ੍ਰਮ ਤੇ ਆਰਸੀਅਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਰੋਕੂ, ਜਾਦੂ TV, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਡਾਇਸਪੋਰਾ ਖਿਲਾਫ਼ ਆਪਣੇ ਸ਼ਬਦੀ ਹਮਲਿਆਂ ਨੂੰ ਜਾਰੀ ਰੱਖਦਿਆਂ ਇੱਕ ਹੋਰ ਹਮਲਾ ਕੀਤਾ ਹੈ। ਕੈਪਟਨ ਅਮਰਿੰਦਰ ਨੇ ਕੈਨੇਡਾ ਵਿੱਚ ਵਸਦੇ ਖਾਲਿਸਤਾਨ ਪੱਖੀਆਂ ਨੂੰ ਵੰਗਾਰਿਆ ਹੈ ਕਿ ਉਹ ਪੰਜਾਬ ਆਉਣ ਦੀ ਹਿੰਮਤ ਕਰਨ ਅਤੇ ਉਸ ਦੀ ਸਰਕਾਰ ਦਾ ਗੁੱਸਾ ਝੱਲਣ। ਇੱਕ ਚੁਣੇ ਹੋਏ ਪ੍ਰਤੀਨਿਧੀ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਕਿੰਨੀ ਕੁ ਜਾਇਜ਼ ਹੈ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਦੂਜੇ ਪਾਸੇ ਕੋਮਾਗਾਟਾਮਾਰੂ ਹਾਦਸੇ ਨੂੰ ਵਾਪਰਿਆਂ 103 ਸਾਲ ਪੂਰੇ ਹੋਣ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਇਸ ਘਟਨਾ ਵਿੱਚ ਕੈਨੇਡਾ ਸਰਕਾਰ ਦੇ ਰੋਲ ਲਈ ਮੁਆਫ਼ੀ ਮੰਗੀ ਗਈ ਹੈ। ਇਹਨਾਂ ਦੋਹਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ, ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੁਖਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੰਨੇ ਵੀ ਸਾਡੇ ਦਰਸ਼ਕ ਇਸ ਸਮੇਂ TV84 ਦੇਖ ਰਹੇ ਨੇ, ਉਹਨਾਂ ਨੂੰ ਤੇ ਤੁਹਾਨੂੰ ਵੀ ਅਮਰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੁਖਦੇਵ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲਬਾਤ ਕਰਦੇ ਹਾਂ, ਜੋ ਉਹਨਾਂ ਦਾ ਅੱਜ ਬਿਆਨ ਆਇਆ ਹੈਗਾ। ਉਹਨਾਂ ਨੇ ਸਿੱਧਾ ਸਿੱਧਾ ਚੈਲੰਜ ਕੀਤਾ ਹੈਗਾ ਕਿ ਜਿਹੜੇ ਖਾਲਿਸਤਾਨੀ ਪੱਖੀ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਵਸਦੇ ਹੈਗੇ ਆ, ਉਹ ਪੰਜਾਬ ਆਉਣ ਅਤੇ ਉਹ ਦੇਖਣ ਕਿ ਸਾਡੀ ਸਰਕਾਰ ਉਹਨਾਂ ਨਾਲ ਫਿਰ ਕਿਵੇਂ ਡੀਲ ਕਰਦੀ ਹੈ। ਮੇਰਾ ਸਵਾਲ ਤੁਹਾਡੇ ਕੋਲੋਂ ਇਹ ਹੈਗਾ ਕਿ ਜਿਸ ਹਿਸਾਬ ਨਾਲ ਇਹ ਪਹਿਲਾਂ ਵੀ, ਇਹ ਕੋਈ ਅੱਜ ਨਵਾਂ ਬਿਆਨ ਨਹੀਂ ਹੈਗਾ, ਪਹਿਲਾਂ ਹਰਜੀਤ ਸਿੰਘ ਸੱਜਣ ਬਾਰੇ ਇੱਦਾਂ ਦਾ ਹੀ ਬਿਆਨ ਸੀ, ਜਾਂ ਕੈਨੇਡਾ ਦੇ ਵਿੱਚ ਜਿਹੜੇ ਹੋਰ ਪਾਰਲੀਮੈਂਟੇਰੀਅਨਸ ਹੈਗੇ ਆ ਉਹਨਾਂ ਦੇ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇੱਦਾਂ ਦੀ ਬਿਆਨਬਾਜ਼ੀ ਹੈ ਉਹ ਅਸੀਂ ਪਹਿਲਾਂ ਮੀਡੀਆ ਦੇ ਵਿੱਚ ਦੇਖ ਚੁੱਕੇ ਹਾਂ ਅਤੇ ਪੜ੍ਹ ਚੁੱਕੇ ਹਾਂ। ਸੋ ਜਿਹੜੀ ਇਹ ਕੰਟੀਨਿਊਏਸ਼ਨ ਹੈਗੀ ਹੈ ਲਗਾਤਾਰਤਾ ਦੇ ਨਾਲ, ਇੱਕ ਕਦਮ ਤੋਂ ਵੱਧ ਕੇ ਦੂਜੇ ਕਦਮ ਤੱਕ ਇਹ ਇੱਦਾਂ ਦੀ ਬਿਆਨਬਾਜ਼ੀ ਲਗਾਤਾਰਤਾ ਦੇ ਨਾਲ ਜਾਰੀ ਹੈ, ਇਹਨੂੰ ਇਹਦਾ ਇਫੈਕਟ ਕੀ ਹੁੰਦਾ ਦੇਖਦੇ ਹੋ ਤੁਸੀਂ ਸਿੱਖ ਡਾਇਸਪੋਰਾ ਦੇ ਉੱਪਰ, ਅਤੇ ਕਿਸ ਹਿਸਾਬ ਨਾਲ ਜਿਹੜਾ ਇਹ ਪੋਲਰਾਈਜ਼ ਕਰਨ ਦੀ ਗੱਲ ਹੈ ਜਾਂ ਜਜ਼ਬਾਤਾਂ ਨੂੰ ਭੜਕਾਉਣ ਦੀ ਗੱਲ ਵੱਲ ਇਸ਼ਾਰਾ ਕਰਦੀ ਹੈ, ਜਾਂ ਇਹ ਇੱਕ ਲੈਜੀਟੀਮੇਟ ਇਸ਼ੂ ਹੈਗਾ ਜਿਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਬਿਆਨਬਾਜ਼ੀ ਕਰ ਰਹੇ ਨੇ? ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਇਸ਼ੂ ਆ ਆਪਣੇ ਆਪ ਵਿੱਚ ਬਹੁਤ ਗੰਭੀਰ ਵੀ ਆ, ਤੇ ਸਿੱਖ ਸੰਸਥਾਵਾਂ ਜਾਂ ਸਿੱਖ ਕੌਮ ਜਿੱਥੇ ਜਿੱਥੇ ਵੀ ਆਪਾਂ ਵਸਦੇ ਹਾਂ, ਸਿੱਖ ਜਿਹੜੇ ਸਾਡੇ ਮਸਲੇ ਨੇ ਇਹ ਭਾਵੇਂ ਖਾਲਿਸਤਾਨ ਦਾ ਆ ਜਾਂ 1984 ਦਾ, ਸਿੱਖ ਜੈਨੋਸਾਈਡ ਵਾਲਾ ਮੁੱਦਾ ਜਾਂ ਕਿਤੇ ਵੀ ਸਿੱਖ ਨਾਲ ਕੋਈ ਗੱਲ ਹੁੰਦੀ ਆ, ਹਰ ਸਿੱਖ ਉਸ ਗੱਲ ਤੋਂ ਪ੍ਰਭਾਵਿਤ ਹੁੰਦਾ ਤੇ 1984 ਦੇ ਘੱਲੂਕਾਰੇ ਨੇ ਹਰ ਸਿੱਖ ਨੂੰ ਜਿਹੜਾ ਮਨ ਅੰਦਰੋਂ ਝੰਜੋੜਿਆ। ਬੇਸ਼ੱਕ ਅੱਜ ਉੱਥੇ ਸਿੱਖਲੀਗਰਮ ਦਾ ਕੋਈ ਮੁੱਦਾ ਆਉਂਦਾ ਜਾਂ ਰਾਜਸਥਾਨ ਵਿੱਚ ਚਾਰ ਸਿੱਖਾਂ ਦੇ ਕੁੱਟਮਾਰ ਕਰਨ ਦਾ ਮੁੱਦਾ ਆਉਂਦਾ, ਪਰ ਦੂਜੇ ਪਾਸੇ ਜਿਹੜੇ ਸਿੱਖ ਜਾਂ ਉਹ ਵੱਡੇ ਅਹੁਦਿਆਂ ਤੇ ਨੇ ਜਾਂ ਉਹ ਕੈਪਟਨ ਅਮਰਿੰਦਰ ਸਿੰਘ ਆ ਤੇ ਹੋਰ ਹੈ, ਉਹ ਸਰਕਾਰਾਂ ਲਈ ਕੰਮ ਕਰਦੇ ਨੇ, ਸਰਕਾਰੀ ਏਜੰਸੀਆਂ ਲਈ ਕੰਮ ਕਰਦੇ ਨੇ, ਉਹਨਾਂ ਨੇ ਉਹਨਾਂ ਦੀ ਬੋਲੀ ਬੋਲਣੀ ਹੁੰਦੀ ਆ ਜੀ। ਤੇ ਇਸ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਕਰ ਰਹੇ ਨੇ, ਇਸੇ ਤਰ੍ਹਾਂ ਜਦੋਂ ਹਰਜੀਤ ਸਿੰਘ ਸੱਜਣ ਭਾਰਤ ਦੀ ਫੇਰੀ ਤੇ ਗਏ ਨੇ ਉਹਨਾਂ ਨੇ ਉਸ ਸਮੇਂ ਕੀਤਾ, ਤੇ ਜੇ ਮੈਂ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੁਣੀ ਬਾਹਰਲੇ ਸਿੱਖਾਂ ਨੂੰ ਚੈਲੰਜ ਕਰ ਰਹੇ ਨੇ, ਕਦੀ ਉਹ ਇਹ ਕਹਿ ਰਹੇ ਨੇ ਕਿ ਮੈਂ ਖਾਲਿਸਤਾਨੀਆਂ ਤੋਂ ਡਰਦਾ ਨਹੀਂ, ਮੈਨੂੰ ਹੋਰ ਜਿਹੜੀ ਸੈਂਟਰ ਦੀ ਜਿਹੜੀ ਕੋਈ ਐਕਸਟਰਾ ਸਕਿਉਰਿਟੀ ਦੀ ਲੋੜ ਨਹੀਂ ਹੈ, ਪੰਜਾਬ ਦੀ ਪੁਲਿਸ ਤੇ ਮੈਨੂੰ ਪੂਰਾ ਭਰੋਸਾ ਹੈ। ਆਫਕੋਰਸ ਹੋਣਾ ਚਾਹੀਦਾ, ਜਿਸ ਪੰਜਾਬ ਦੀ ਪੁਲਿਸ ਨੇ ਲੱਖਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਹੋਵੇ, ਜੈਨੋਸਾਈਡ ਕੀਤੀ ਹੋਵੇ, ਅਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਹੋਵੇ, ਤੇ ਉਸ ਹੀ ਜਿਹੜੇ ਉਸ ਸਮੇਂ ਦੇ ਪੁਲਿਸ ਮੁਖੀ ਜਿਹੜੇ ਸਮੇਂ ਦਿੱਲੀ ਦੇ ਵਿੱਚ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਜਾਂ ਉਸ ਸਮੇਂ ਦੌਰਾਨ ਕਹਿ ਲਓ ਫੁੱਲਾਂ ਦਾ ਗੁਲਦਸਤਾ ਭੇਟ ਕਰਨਾ ਹੋਵੇ, ਤੇ ਉਹ ਤੋਂ ਆਪਾਂ ਕੋਈ ਕੌਮ ਦੇ ਭਲੇ ਦੀ ਜਾਂ ਪੰਥ ਦੇ ਭਲੇ ਦੀ ਆਸ ਨਹੀਂ ਰੱਖ ਸਕਦੇ। ਪਹਿਲਾਂ ਪਹਿਲਾਂ ਸ਼ਾਇਦ ਸਿੱਖਾਂ ਨੂੰ ਭੁਲੇਖਾ ਸੀ ਕਿ ਇਹ ਬਾਦਲ ਨਾਲੋਂ ਚੰਗਾ ਹੈ, ਪਰ ਇਹ ਹੁਣ ਜਿਹੜਾ ਵੀ ਕੋਈ ਬਣਦਾ ਉਹ ਇੱਕ ਤੋਂ ਵੱਧ ਜਾਂ ਇੱਕ ਜਿਹਨੇ ਪਹਿਲਾਂ ਘੱਟ ਅਤਿਆਚਾਰ ਕੀਤਾ ਹੁੰਦਾ, ਘੱਟ ਕੰਮ ਕੀਤਾ ਹੁੰਦਾ ਏਜੰਸੀਆਂ ਦੇ ਸਿਸਟਮ ਲਈ, ਉਹ ਤੋਂ ਹੋਰ ਵੱਧ ਕੰਮ ਕਰਕੇ
ਭਾਰਤੀ ਸਿਸਟਮ ਦੀਆਂ ਉੱਥੇ ਦੀਆਂ ਏਜੰਸੀਆਂ ਦੀ ਖੁਸ਼ੀ ਪ੍ਰਾਪਤ ਕਰਨ ਦੀ ਗੱਲ ਕਰਦਾ। ਇਸੇ ਤਰ੍ਹਾਂ ਜਿਹੜਾ ਜਨਤੇ ਦਾ ਪੋਤਾ ਰਵਨੀਤ ਵਿੱਟੂ ਕਰ ਰਿਹਾ ਕਿ ਜੇ ਹਰਜੀਤ ਸਿੰਘ ਸੱਜਣ ਇੱਥੇ ਆ ਜਾਂਦਾ ਉਹਨੇ ਖਾਲਸਾ ਦੀ ਨੀਂਹ ਰੱਖ ਜਾਣੀ ਸੀ, ਆਹ ਹੋ ਜਾਣਾ ਸੀ, ਇਹ ਹੋ ਜਾਣਾ ਸੀ। ਹਰਜੀਤ ਸਿੰਘ ਸੱਜਣ ਬੜੀ ਸਤਿਕਾਰਯੋਗ ਸ਼ਖਸੀਅਤ ਆ, ਉਹ ਕਵੇਦਲ ਦਾ ਡਿਫੈਂਸ ਮੰਤਰੀ ਸੀ। ਥੋੜੀ ਜਿਹੀ ਇਸ ਗੱਲ ਨੂੰ ਪਿੱਛੇ ਆਪਾਂ ਲੈ ਕੇ ਜਾਈਏ ਕਿ ਜਿਹੜਾ ਅੰਟੈਰੀਓ ਦੀ ਅਸੈਂਬਲੀ ਦੇ ਵਿੱਚ ਮਤਾ ਪਾਸ ਹੁੰਦਾ, ਇਸ ਮਤੇ ਦੀ ਜਿਹੜੀ ਵਿਰੋਧਤਾ ਕੀਤੀ ਹੈ ਇੱਥੇ ਦੇ ਕੌਂਸਲ ਜਨਰਲ ਨੇ, ਹਾਈ ਕਮਿਸ਼ਨਰ ਨੇ, ਇੱਥੇ ਦੇ ਸਿਸਟਮ ਨੇ, ਸੰਸਥਾਵਾਂ ਨੇ ਕੀਤੀ ਹੈ। ਇਸ ਮਤਾ ਪਾਸ ਹੋਣ ਤੋਂ ਬਾਅਦ ਇੰਡੀਆ ਦਾ ਜਿਹੜਾ ਸਿਸਟਮ ਸੀ, ਉੱਥੇ ਦਾ ਵਿਦੇਸ਼ ਮੰਤਰਾਲਾ ਸੀ, ਉਹ ਹਰਕਤ ਵਿੱਚ ਆਉਂਦਾ। ਉਹ ਇਹ ਕਹਿ ਰਹੇ ਨੇ ਕਿ ਅਨਰੀਅਲ ਆ, ਮਿਸ ਗਾਈਡਡ ਆ, ਐਗਜੈਜਰੇਟਡ ਆ। ਹੋਰ ਤੋਂ ਹੋਰ ਜਦੋਂ ਵਿਦੇਸ਼ ਮੰਤਰੀ ਆਪਣੇ ਜਿਹੜੇ ਸਾਡੇ ਡਿਫੈਂਸ ਮੰਤਰੀ ਸਾਹਿਬ ਹਰਜੀਤ ਸਿੰਘ ਸੱਜਣ ਭਾਰਤ ਜਾਂਦੇ ਨੇ, ਪਹਿਲਾਂ ਹੀ ਬਿਆਨ ਆ ਜਾਂਦਾ ਕਿ ਮੈਂ ਖਾਲਿਸਤਾਨੀਆਂ ਨੂੰ ਮਿਲਣਾ ਨੀ। ਹਰਜੀਤ ਸਿੰਘ ਸੱਜਣ ਨੇ ਖਾਲੀ ਨੇ ਕਿਹਾ ਸੀ ਕਿ ਮੈਂ ਉਹਨੂੰ ਪਹਿਲ ਦੇ ਆਧਾਰ ਤੇ ਮਿਲਣਾ, ਜਿਹਨੇ ਮਤਲਬ ਨਾ ਮਿਲੇ ਉਹਦੀ ਮਰਜ਼ੀ, ਇਹ ਵੱਖਰਾ ਇਸ਼ੂ ਆ। ਦੂਜੇ ਪਾਸੇ ਇੱਕ ਗੱਲ, ਕਈ ਵਾਰੀ ਉਹ ਤਾਂ ਸਿੱਖਾਂ ਨੂੰ ਮਾਰਨ ਦੀ ਗੱਲ ਕਰਦੇ ਨੇ, ਉਹ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਿੱਖ ਗੁਰੂ ਦੀ ਮਿਹਰ ਸਦਕਾ, ਗੁਰੂ ਦੇ ਰਹਿਮਤ ਦੇ ਸਦਕਾ ਹੋਰ ਕਹਿ ਲਓ ਦੁਨੀਆਂ ਭਰ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਨੇ। ਸਿੱਖ ਜੈਨੋਸਾਈਡ ਦਾ ਮੁੱਦਾ ਅੰਟੈਰੀਓ ਵਿੱਚ ਪਾਸ ਹੁੰਦਾ, ਇੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਇੱਥੇ ਦੀ ਮੇਨਸਟ੍ਰੀਮ ਮੀਡੀਆ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਪਰ ਜਦੋਂ ਹਰਜੀਤ ਸਿੰਘ ਸੱਜਣ ਭਾਰਤ ਜਾਂਦੇ ਨੇ, ਜਿਹੜਾ ਸਾਡਾ ਕੈਨੇਡੀਅਨ ਮੀਡੀਆ ਹੈ ਉਹਦੇ ਵਿੱਚ ਖਬਰਾਂ ਭਾਰਤ ਤੋਂ ਇੱਥੇ ਲੱਗਦੀਆਂ ਹਨ ਜੀ। ਸੋ ਜਿੰਨਾ ਸਿੱਖ ਜੈਨੋਸਾਈਡ ਵਾਲਾ ਮੁੱਦਾ ਉਹਨਾਂ ਨੇ ਸਾਡਾ ਇਸ਼ੂ ਦੁਨੀਆਂ ਭਰ ਵਿੱਚ ਲਿਆਂਦਾ, ਇਸ ਤਰ੍ਹਾਂ ਖਾਲਿਸਤਾਨ ਵਾਲਾ ਮੁੱਦਾ ਲੈ ਕੇ ਆਉਂਦਾ, ਮੇਰੇ ਖਿਆਲ ਚ ਉਹ ਸ਼ਾਇਦ ਸਾਡੇ ਕੋਲ ਹੋਰ ਨਾ ਕਹਿ ਲਓ ਇਹਦਾ ਪ੍ਰਚਾਰ ਹੁੰਦਾ। ਇੱਕ ਗੱਲ ਤਾਂ ਉਹ ਸਾਡਾ ਨੈਗੇਟਿਵ ਪ੍ਰਚਾਰ ਕਰਦੇ ਸੀ, ਪਰ ਸਾਡਾ ਓਵਰਆਲ ਮੇਰੇ ਖਿਆਲ ਚ ਪੋਜ਼ਿਟਿਵ ਹੋ ਗਿਆ। ਦੂਜੇ ਪਾਸੇ ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਹੁਣ ਬਹੁਤ ਕੁਝ ਨੰਗਾ ਹੋ ਰਿਹਾ ਹਾਂਜੀ, ਤੇ ਜਿਹੜੇ ਲੋਕੀ ਸਿੱਖ ਜੈਨੋਸਾਈਡ ਮੋਸ਼ਨ ਦਾ ਵਿਰੋਧ ਕਰਦੇ ਨੇ ਸਹੀ ਮਾਇਨਿਆਂ ਦੇ ਵਿੱਚ, ਉਹੀ ਬੰਦੇ, ਉਹੀ ਵਿਅਕਤੀ, ਉਹੀ ਸੰਸਥਾਵਾਂ, ਉਹੀ ਸਰਕਾਰ ਖਾਲਿਸਤਾਨ ਦਾ ਵਿਰੋਧ ਵੀ ਕਰਦੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੇ ਇੱਕ ਨਾ ਇੱਕ ਦਿਨ ਆਪਣਾ ਰਾਜਪਾਲ ਪ੍ਰਾਪਤ ਕਰਨਾ ਹੈ। ਸਿੱਖਾਂ ਦਾ ਰਾਜ ਹੋਇਆ, ਦੁਨੀਆਂ ਦਾ ਕੰਪਲੀਟ ਰੈਗੂਲੇਸ਼ਨ ਸਾਡੇ ਕੋਲ ਹੈ, ਇਤਿਹਾਸ ਸਾਡਾ ਗਵਾਹ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਕੋਲ ਹੈ, ਉਹਨੇ ਸਾਡਾ ਇਤਿਹਾਸ ਚੰਗੀ ਤਰ੍ਹਾਂ ਪੜਿਆ ਹੋਇਆ। ਇਹ ਵੱਖਰੀ ਗੱਲ ਹੈ ਕਿ ਜਿਹੜੇ ਕੁਝ ਸਿੱਖ ਜਾਂ ਬਹੁਤੇ ਸਿੱਖ ਜਿਹੜੇ ਇਹ ਸਮਝਦੇ ਨੇ ਕਿ ਉਹ ਭਾਰਤ ਵਿੱਚ ਰਹਿ ਕੇ ਸੁਰੱਖਿਅਤ ਨੇ ਜਾਂ ਉਹ ਭਾਰਤ ਦਾ ਹਿੱਸਾ ਬਣ ਕੇ ਸੁਰੱਖਿਅਤ ਨੇ, ਖਾਸ ਕਰਕੇ ਜਿਹੜੇ ਪੰਜਾਬ ਚ ਜਾਂ ਭਾਰਤ ਵਿੱਚ ਰਹਿ ਰਹੇ ਨੇ। ਬਾਹਰਲੇ ਸਿੱਖਾਂ ਨੂੰ ਬਹੁਤ ਗਿਣਤੀ ਚ ਪਤਾ ਹੈ ਕਿ ਜਦੋਂ ਬਾਹਰ ਰਹਿੰਦੇ ਨੇ ਉਹ ਆਜ਼ਾਦੀ ਦਾ ਨਿੱਘ ਮਾਣਦੇ ਨੇ, ਆਜ਼ਾਦੀ ਨੂੰ, ਸਿਸਟਮ ਨੂੰ ਸਮਝਦੇ ਨੇ ਕਿ ਅਸੀਂ ਇਸ ਕਰਕੇ ਅਸੀਂ ਇਹਨਾਂ ਦੇਸ਼ ਚ ਰਹਿੰਦੇ ਹਾਂ, ਸਾਨੂੰ ਆਜ਼ਾਦੀ ਚਾਹੀਦੀ ਹੈ, ਅਫਕੋਰਸ ਇਸ ਕਰਕੇ ਵੀ ਗੱਲਬਾਤ ਉੱਠਦੀ ਹੈ। ਦੂਜੇ ਬਿਲਕੁਲ ਜੇ ਇਹ ਦੇਖਿਆ ਜਾਏ ਵੀ ਕਿ ਉੱਥੇ ਜਿਹੜਾ ਸਿਸਟਮ ਹੈ ਜਾਂ ਮੀਡੀਆ ਕਿਸ ਤਰ੍ਹਾਂ ਕੰਮ ਕਰਦਾ ਜਾਂ ਜਿਹੜੀਆਂ ਖ਼ਬਰਾਂ ਕਿਸ ਤਰ੍ਹਾਂ ਇੱਕਦਮ ਕਹਿ ਲਓ ਹਰਕਤ ਵਿੱਚ ਆ ਜਾਂਦੀਆਂ ਨੇ, ਜਦੋਂ ਵੀ ਕੋਈ ਸਿੱਖਾਂ ਦਾ, ਖਾਸ ਕਰਕੇ ਪਿਛਲੇ ਮਹੀਨੇ ਤੋਂ ਆਪਾਂ ਲੈ ਕੇ ਦੇਖੀਏ, ਤੁਹਾਡੇ ਇੱਥੇ USA ਦੇ ਵਿੱਚ ਵੀ ਜਿਹੜਾ ਕੋਂਗਰੈਸ਼ਨਲ ਹਾਊਸ ਨੇ ਵਿਸਾਖੀ ਨੂੰ ਮਾਨਤਾ ਦਿੱਤੀ, ਤੁਹਾਡੇ ਅਲਵਰਟਾ ਵਿੱਚ ਵੀ ਅਤੇ BC ਵਿੱਚ ਵੀ ਸਿੱਖ ਹੈਡ ਮੰਥ ਨੂੰ ਮਾਨਤਾ ਮਿਲਦੀ ਹੈ, ਫਿਰ ਕੈਨੇਡਾ ਭਰ ਦੇ ਵਿੱਚ ਸਿੱਖਾਂ ਦੇ ਜਿਹੜੇ ਕੇਸਰੀ ਨਿਸ਼ਾਨ ਸਾਡੇ ਸਿੱਖ ਹੈਡ ਮੰਥ ਦੇ ਝੁਕਦੇ ਨੇ। ਉਹ ਇੱਕ ਜਿਹੜੀ ਚੰਗੀ ਗੱਲ ਸੀ ਜਿਹੜੀ ਸਿੱਖਾਂ ਦੀ ਚੜ੍ਹਤ ਹੈ ਉਸ ਸਿਸਟਮ ਤੋਂ ਬਰਦਾਸ਼ਤ ਨਹੀਂ ਹੋ ਰਹੀ। ਸੋ ਦੂਜੇ ਪਾਸੇ ਜਿਹੜਾ ਆਪਾਂ ਕਹੀਏ ਪੰਜਾਬ ਹੈ ਉਹਨੂੰ ਭਾਰਤ ਦੀਆਂ ਏਜੰਸੀਆਂ ਰਲ ਕਰਦੀਆਂ ਹਨ ਜੀ, ਇਹਦੇ ਵਿੱਚ ਵੀ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਸਿਸਟਮ ਹੈ ਉਹਨਾਂ ਦੇ ਅੰਦਰ ਵੀ 1000 ਸਾਲ ਦੀ ਗੁਲਾਮੀ ਤੋਂ ਬਾਅਦ ਜੋ ਹਿੰਦੂਤਵ ਏਜੰਡਾ ਉਹ ਲਾਗੂ ਕਰਨਾ ਚਾਹੁੰਦੇ ਨੇ ਜਾਂ ਉਹ ਕਰ ਰਹੇ ਨੇ, ਜਾਂ ਉਹਨਾਂ ਨੇ ਜਿਹੜੀ ਕੱਲ ਅਗਲੀ ਇਲੈਕਸ਼ਨ ਹੈ ਉਹ ਕਿਸ ਤਰ੍ਹਾਂ ਜਿੱਤਣੀ ਹੈ, ਕਿਉਂਕਿ ਉੱਥੇ ਤਾਂ ਘੱਟ ਗਿਣਤੀਆਂ ਦਾ ਕਤਲ ਕਰਕੇ, ਘੱਟ ਗਿਣਤੀਆਂ ਦਾ ਘਾਣ ਕਰਕੇ, ਜਦੋਂ ਨਵੰਬਰ ਜੂਨ 1984 ਵਿੱਚ ਕਾਂਗਰਸ ਬਹੁਤ ਗਿਣਤੀ ਚ ਆਉਂਦੀ ਹੈ, ਗੁਜਰਾਤ ਵਿੱਚ ਸਿੱਖਾਂ ਦਾ ਕਤਲੇਆਮ, ਆਪਣੇ ਮੁਸਲਮਾਨਾਂ ਦਾ ਕਤਲੇਆਮ ਕਰਕੇ BJP ਦਾ ਜਿਹੜਾ ਬਹੁਮਤ ਹਾਸਲ ਕਰਨਾ, ਹੁਣ ਕਿਸ ਤਰ੍ਹਾਂ 4 ਸੂਬਿਆਂ ਦੇ ਵਿੱਚ ਲਗਾਤਾਰ ਉਹਨਾਂ ਦੀ ਜਿੱਤ ਹੁੰਦੀ ਹੈ, ਸਿਰਫ ਪੰਜਾਬ ਵਿੱਚ ਕਾਂਗਰਸ ਜਿਹੜੀ ਜਿੱਤਦੀ ਹੈ, ਇਹ ਸਾਰੇ ਜਿਹੜੇ ਕਰੋ ਲੜੀ ਦਰ ਲੜੀ ਕਿ ਜੋ ਇਹ ਇਨ ਸੀਕੁਐਂਸ ਕੰਮ ਹੋ ਰਿਹਾ, ਮੇਰੇ ਖਿਆਲ ਚ ਇੱਕ ਇਹ ਤੋਂ ਵੀ ਸਾਨੂੰ ਜ਼ਰੂਰ ਸਬਕ ਸਿੱਖਣ ਦੀ ਲੋੜ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਵੀ ਆਪਾਂ ਮੇਰੇ ਖਿਆਲ ਚ ਕੋਈ ਆਸ ਨਹੀਂ ਰੱਖ ਸਕਦੇ ਕੋਈ ਸਿੱਖਾਂ ਦੇ ਭਲੇ ਦੀ ਗੱਲ ਕਰੇ, ਜਿੱਥੇ ਤੱਕ ਇਹ ਬਹਾਨਾ ਭਾਲ ਰਹੇ ਨੇ ਜਾਂ ਗੱਲਾਂ ਬਾਤਾਂ ਕਰ ਰਹੇ ਨੇ, ਸਾਨੂੰ ਜੈਡ ਸਕਿਉਰਿਟੀ ਦੀ ਹੋਰ ਲੋੜ ਨੀ, ਇਹ ਲੋੜ ਨੀ, ਉਹ ਲੋੜ ਨੀ।
ਏਜੰਸੀਆਂ, ਮੈਨੂੰ ਤਾਂ ਇਹ ਵੀ ਕਈ ਵਾਰੀ ਸ਼ੱਕ ਪੈਣ ਲੱਗ ਪੈਂਦੀ ਆ, ਏਜੰਸੀਆਂ ਕੋਈ ਉਹਨਾਂ ਦਾ ਨੁਕਸਾਨ ਕਰਕੇ, ਇੱਕ ਦੂਜੇ ਤੋਂ ਗਾਹਾਂ ਪਿੱਛਾ ਕਰਕੇ ਜਾਂ ਕੋਈ ਨੁਕਸਾਨ ਕਰਕੇ ਸਿੱਖਾਂ ਨੂੰ ਬਦਨਾਮ ਕਰਨ, ਤੇ ਉਲਟਾ ਜਿਹੜੀ ਸਿੱਖਾਂ ਦੀ ਹੁਣ ਲਹਿਰ ਇੰਟਰਨੈਸ਼ਨਲ ਲੈਵਲ ਤੇ ਖੜੀ ਹੋ ਰਹੀ ਹੈ, ਜਿਹੜਾ ਸਿੱਖਾਂ ਦਾ ਹੁਣ ਕੇਸ ਇੰਟਰਨੈਸ਼ਨਲ ਲੈਵਲ ਤੇ ਬਿਲਟ ਹੋ ਰਿਹਾ, ਇਹ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਸਿੱਖ ਯੂਨਾਈਟਡ ਨੇਸ਼ਨ ਤੱਕ ਨਾ ਜਾ ਸਕਣ, ਤਾਂ ਕਿ ਸਿੱਖਾਂ ਤੇ ਅੱਤਵਾਦ ਦਾ ਲੇਬਲ ਲੱਗ ਜਾਏ, ਤੇ ਇਹੋ ਜਿਹੀ ਜਿਹੜੀ ਹਰਕਤਾਂ ਨੇ, ਕਿਉਂਕਿ ਸਿੱਖ ਜੇ ਪੀਸਫੁਲ ਢੰਗ ਨਾਲ ਇੱਥੇ ਰਹਿ ਰਹੇ ਨੇ, ਕਿਸੇ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਇਹੋ ਜਿਹਾ ਜਿਹੜਾ ਕੰਮ ਜਿਹੜਾ ਕੱਲ ਕਾਨੂੰਨੀ ਦਾਇਰੇ ਤੋਂ ਬਾਅਦ ਹੋਵੇ ਜਾਂ ਬਾਹਰ ਹੋਵੇ ਜਾਂ ਸ਼੍ਰੋਮਣੀ ਅੰਮ੍ਰਿਤਸਰ ਆ ਦਲ ਖਾਲਸਾ ਵਾਲੇ ਆ ਉਹ ਹਾਲਸਾ ਦੀ ਗੱਲ ਕਰਦੇ ਨੇ, ਜੇ ਇੱਥੇ ਅਸੀਂ ਦੇਖੀਏ ਜਾਂ ਇੱਥੇ ਅਸੀਂ ਮਨਿਸਟਰਾਂ ਦੀ ਗੱਲਬਾਤ ਕਰੀਏ, ਇੱਥੇ ਵੀ ਗੱਲਬਾਤ ਹੁੰਦੀ ਹੈ ਕਿ ਸਾਡੇ ਜਿਹੜੇ ਇੱਥੇ ਦੇ ਵਿਦੇਸ਼ ਮੰਤਰੀ ਨੇ ਉਹ ਆਪਣੇ ਭਾਈਚਾਰੇ ਹਾਂਜੀ ਤੇ ਹੋਰ ਵੱਖ ਵੱਖ ਜਿਹੜੇ ਦੇਸ਼ਾਂ ਤੋਂ ਆ ਕੇ ਲੋਕੀ ਇੱਥੇ ਵਸੇ ਹੋਏ ਨੇ, ਸਾਡੇ ਇੱਥੇ ਦੇ ਵਿਦੇਸ਼ ਮੰਤਰੀ ਨੇ ਉਹ ਸਮਾਨੀ ਭਾਈਚਾਰੇ ਤੋਂ ਨੇ, ਤੋ ਇਹਦੇ ਵਿੱਚ ਨਹੀਂ ਹੈ ਕਿ ਜਿਹੜਾ ਸਾਡਾ ਇੱਥੇ ਸਿਸਟਮ ਹੈ ਉਹ ਦੁਨੀਆਂ ਦੇ ਬਹੁਤੇ ਦੇਸ਼ਾਂ ਨਾਲੋਂ ਵਧੀਆ ਹੈ, ਜੇ ਆਪਾਂ ਦੇਖੀਏ ਕਿ ਇੱਕ ਲਿਬਰਲ ਦੀ ਸਰਕਾਰ ਆ, ਲਿਬਰਲ ਦੀ ਸਰਕਾਰ ਵਿੱਚ ਹੁੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣੀ ਜਦੋਂ ਟੋਰਾਂਟੋ ਦੇ ਨਗਰ ਕੀਰਤਨ ਤੇ ਆਉਂਦੇ ਨੇ, ਖਾਲਸਾ ਦੇ ਨਗਰ ਕੀਰਤਨ ਦੇ ਆਏ, ਪਰ ਇੱਥੇ ਤਾਂ ਜਿਹੜੀ ਇੱਕ ਇੰਨੀ ਬਿਊਟੀ ਸਿਸਟਮ ਦੇ ਵਿੱਚ ਭਗਵਾਨ ਇੱਕ ਵੱਖਰਾ ਦੇਸ਼ ਮੰਗਦੇ ਨੇ, ਉਹ ਵੱਖਰਾ ਦੇਸ਼ ਬੇਸ਼ੱਕ ਲਿਬਰਲ ਪਾਰਟੀ ਉਹਦੀ ਸਪੋਰਟ ਨਹੀਂ ਕਰਦੀ, ਪਰ ਨਾ ਕੰਜ਼ਰਵੇਟਿਵ ਸਪੋਰਟ ਕਰਦੀ ਨਾ ਐਨਡੀਪੀ ਸਪੋਰਟ ਕਰਦੀ ਹੈ, ਤੁਸੀਂ ਵੱਖਰਾ ਦੇਸ਼ ਬਣਾਓ, ਕਿਊਬਕ ਦੇ ਲੋਕਾਂ ਨੂੰ ਇਹ ਹੱਕ ਹੈ ਆਤਮ ਨਿਰਣੇ ਦਾ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ, ਪਰ ਦੂਜੇ ਪਾਸੇ ਜੇ ਭਾਰਤ ਵਾਲਿਆਂ ਤੋਂ ਪੁੱਛਿਆ ਜਾਏ ਕਿ ਉਹ ਕਿਸੇ ਨੂੰ ਹੱਕ ਦੇਣ ਨੂੰ ਤਿਆਰ ਨੇ, ਉਹ ਆਪਣੇ ਆਪ ਨੂੰ ਦੁਨੀਆਂ ਦੇ ਬਿਹਤਰੀਨ ਦੇਸ਼ਾਂ ਦੇ ਨਾਲ ਕੰਪੇਅਰ ਕਰਦੇ ਨੇ, ਕਦੀ ਛੋਟੀ ਮੋਟੀ ਗੱਲਬਾਤ ਹੋ ਜਾਂਦੀ ਹੈ, ਜਿਹੜਾ ਸਾਬਕਾ ਪੁਲਿਸ ਵਿੱਚ ਰਹਿ ਚੁੱਕਾ ਆਈ ਜੀ ਆਇਆ ਤੇ ਉਹਨੂੰ ਵੈਨਕੂਵਰ ਤੋਂ ਮੋੜਿਆ ਗਿਆ, ਇੱਕ ਆਈ ਜੀ ਨੂੰ ਵੈਨਕੂਵਰ ਤੋਂ ਮੋੜ ਦੇ ਨਾਲ ਜਿਹੜਾ ਕਿ ਸਾਬਕਾ ਹੈ ਤੇ ਉਸ ਦੇ ਨਾਲ ਇੰਨਾ ਚੀਕ ਚਿਹਾੜਾ ਕਿਉਂ ਪਾਇਆ ਗਿਆ, ਇਹ ਵੀ ਇੱਕ ਸਵਾਲ ਤੁਹਾਡਾ ਮੇਰੀ ਕਹਿ ਜਾਂਦੀ ਕਿ ਜਦੋਂ ਉਹਨੂੰ ਮੋੜ ਦਿੱਤਾ ਗਿਆ ਪਰ ਦੂਜੇ ਪਾਸੇ ਫਿਰ ਕੋਸ਼ਿਸ਼ ਕੀਤੀ ਗਈ ਉਹਨੂੰ, ਬੇਸ਼ੱਕ ਉਹਨੂੰ ਹੁਣ ਵੀਜ਼ਾ ਮਿਲ ਵੀ ਜਾਵੇ ਜਾਂ ਮਿਲ ਗਿਆ, ਪਰ ਇੱਕ ਵਾਰੀ ਤਾਂ ਉਹ ਬੰਦਾ ਉਹ ਵਿਅਕਤੀ ਐਕਸਪੋਜ਼ ਹੋ ਗਿਆ ਮੈਸੇਜ ਨੂੰ ਕਿ ਇਹ ਉੱਥੇ ਜਿਹੜੀ ਪੁਲਿਸ ਆ ਜਾਂ ਉੱਥੇ ਦਾ ਜਿਹੜਾ ਸਿਸਟਮ ਹੈ ਉਹ ਲੋਕਾਂ ਤੇ ਅਤਿਆਚਾਰ ਕਰਦਾ, ਹੁਣ ਮੋਸਟ ਰੀਸੈਂਟਲੀ ਵੀ ਨਿਊਜ਼ ਆ ਰਹੀਆਂ ਨੇ ਕਿਲ ਪੀਪਲ ਐਟ ਅ ਪੁਆਇੰਟ ਮੂਵ ਅਪ ਟੂ ਰੈਂਕਸ ਇਨ ਸੀ ਆਰ ਪੀ ਐਫ ਇੰਸਪੈਕਟਰ ਜਨਰਲ ਰਿਪੋਰਟ ਹੈ। ਹਾਂਜੀ, ਜੇ ਕੋਈ ਬੰਦਾ ਜੇ ਕੋਈ ਵਿਅਕਤੀ ਅੱਜ ਤੋਂ 15-20 ਸਾਲ ਪਹਿਲਾਂ ਪੁਲਿਸ ਵਿੱਚ ਸੀ ਜਾਂ ਫਿਰ ਉਹ ਸੀ ਆਰ ਪੀ ਐਫ ਦੇ ਵਿੱਚ ਸੀਗਾ, ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਸੀ, ਮਿਲਟਰੀ ਦੇ ਵਿੱਚ ਸੀ, ਉਹਨੂੰ ਕਿਹੜੇ ਬੰਦੇ ਨੇ, ਕਿਹੜੀ ਪੁਲਿਸ ਨੇ, ਕਿਹੜੇ ਸਿਸਟਮ ਨੇ ਇਹ ਅਧਿਕਾਰ ਦਿੱਤਾ ਕਿ ਤੁਸੀਂ ਮਨ ਮਰਜ਼ੀ ਨਾਲ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਓ, ਲੋਕਾਂ ਨੂੰ ਟੋਰਚਰ ਕਰੋ, ਲੋਕਾਂ ਤੇ ਅਤਿਆਚਾਰ ਕਰੋ, ਤੇ ਮੁੜ ਕੇ ਤੁਸੀਂ ਵੱਡੇ ਵੱਡੇ ਰੈਂਕ ਲਓ, ਰੈਂਕ ਲੈਣ ਤੋਂ ਬਾਅਦ ਤੁਸੀਂ ਪੁਲਿਸ ਚੋਂ, ਸੀ ਆਰ ਪੀ ਐਫ ਚੋਂ ਜਾਂ ਮਿਲਟਰੀ ਚੋਂ ਰਿਟਾਇਰ ਹੋ ਜਾਓ, ਤੁਸੀਂ ਤੇ ਖੁੱਲੇ ਸ਼ਰੇਆਮ ਵਿਦੇਸ਼ਾਂ ਵਿੱਚ ਘੁੰਮੋ ਜਿਹਨਾਂ ਦੇਸ਼ਾਂ ਦੇ ਵਿੱਚ ਮਨੁੱਖੀ ਹੱਕਾਂ ਦੀ ਕਦਰ ਹੈ, ਜਿਹਨਾਂ ਦੇਸ਼ਾਂ ਦੇ ਵਿੱਚ ਅਜੇ ਕੋਈ ਪੁਲਿਸ ਆਫਿਸਰ ਸਾਡੇ ਇੱਥੇ ਇੰਟਰੈਕ ਦੇ ਵਿੱਚ ਜੇ ਕਿਤੇ ਪੁਲਿਸ ਦੀ ਗੋਲੀ ਨਾਲ ਕੋਈ ਬੰਦਾ ਨਹੀਂ ਵੀ ਮਰਦਾ ਜਾਂ ਕੋਈ ਵੈਸੇ ਪੁਲਿਸ ਗੋਲੀ ਚਲਾਉਂਦੀ ਹੈ ਤਾਂ ਇੱਥੇ ਐਸ ਆਈ ਯੂ ਹੈ, ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਹੈ, ਉਹਦੀ ਇਨਕੁਆਇਰੀ ਕਰਦਾ, ਜੇ ਕਿਸੇ ਪੁਲਿਸ ਦੀ ਕਾਰ ਦੇ ਨਾਲ ਕੋਈ ਕਾਰ ਟਕਰਾ ਜਾਂਦੀ ਹੈ ਤਾਂ ਵੀ ਉਹ ਇਨਕੁਆਇਰੀ ਕਰਦੇ ਨੇ ਕਿਤੇ ਪੁਲਿਸ ਵਾਲੇ ਦੀ ਗਲਤੀ ਤਾਂ ਨਹੀਂ ਸੀ। ਸੋ ਬੇਸ਼ੱਕ ਇੱਥੇ ਵੀ ਸਿਸਟਮ ਪਰਫੈਕਟ ਨਹੀਂ ਹੈ ਜਾਂ ਆਪਾਂ ਇਹ ਨਹੀਂ ਕਹਿ ਸਕਦੇ ਇੱਥੇ ਸਾਰਾ ਕੁਝ 100% ਸਹੀ ਹੋ ਰਿਹਾ, ਪਰ ਜਿੱਥੇ 90% ਤੱਕ ਲੋਕਾਂ ਦੇ ਨਾਲ, ਲੋਕਾਂ ਦੇ ਮਨੁੱਖਿਅਤ ਨਾਲ ਖਿਲਵਾੜ ਕੀਤਾ ਜਾਂਦਾ, ਉਸ ਦੇਸ਼ ਦੇ ਕੋਈ ਬੰਦੇ, ਕੋਈ ਵਿਅਕਤੀ ਭਾਵੇਂ ਪੁਲਿਸ ਵਿੱਚ ਰਹਿੰਦੇ ਨੇ ਚਾਹੇ ਦੁੱਧ ਰਹਿੰਦੇ ਨੇ, ਉਹ ਜਦੋਂ ਆ ਕੇ ਬਾਹਰ ਉਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਚੀਕ ਛੜਾ ਪਾਉਂਦੇ ਜਦੋਂ ਉਹਨਾਂ ਨੂੰ ਰੋਕਿਆ। ਦੂਜੇ ਪਾਸੇ ਜੀ ਸੁਖਦੇਵ ਸਿੰਘ ਜੀ, ਅਸੀਂ ਮੁੱਦੇ ਤੋਂ ਬਾਹਰ ਨਾ ਜਾਈਏ। ਸੁਖਦੇਵ ਸਿੰਘ ਜੀ, ਇੱਥੇ ਆਏ ਸੁਖਦੇਵ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਸ ਸਾਰੇ ਇਸ਼ੂ ਦੇ ਉੱਪਰ, ਸੁਖਦੇਵ ਸਿੰਘ ਜੀ ਬਲੈਕਲਿਸਟ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਸਾਡੇ ਮੈਂਬਰ ਪਾਰਲੀਮੈਂਟ ਨੂੰ ਵੀ ਕਿੰਨੇ ਨੂੰ ਜਾਣ ਨਹੀਂ। ਸੁਖਦੇਵ ਸਿੰਘ ਜੀ, ਹੈਲੋ, ਸ਼ਾਇਦ ਤੁਸੀਂ ਵੀ ਖਬਰ ਪੜ੍ਹੀ ਹੋਣੀ ਹੈ ਕਿ ਸਿੱਖ ਪ੍ਰਜਾ ਸੰਘ ਨੇ
ਵੀ ਇਹ ਗੱਲਬਾਤ ਕੀਤੀ ਹੈ ਕਿ ਸੁਖਦੇਵ ਸਿੰਘ ਜੀ ਵੀ ਕੋਈ ਪੰਜਾਬ ਪੁਲਿਸ ਦਾ ਹੈਲੋ ਕੈਨੇਡਾ ਦੇ ਵਿੱਚ ਆਏਗਾ ਇਸ ਪਰ ਜਸਟਿਸ ਜਿਨ੍ਹਾਂ ਨੇ ਖਾਸ ਕਰਕੇ ਹਿਊਮਨ ਰਾਈਟ ਵਾਇਲੇਸ਼ਨ ਕੀਤੇ ਹਨ ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਇੱਕ ਲੈਟਰ ਵੀ ਲਿਖਿਆ ਹੈ ਹੈਲੋ ਹਾਂਜੀ ਹਾਂਜੀ ਸੁਖਦੇਵ ਸਿੰਘ ਜੀ ਮੈਂ ਕਿਹਾ ਅਸੀਂ ਇਸ਼ੂ ਤੋਂ ਥੋੜਾ ਜਿਹਾ ਬਾਹਰ ਨੂੰ ਜਾ ਰਹੇ ਹਾਂ ਤੇ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਮੈਂ ਅਖੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਤੁਹਾਡੇ ਕੋਲੋਂ ਇਸ ਇਸ਼ੂ ਤੇ ਪੁੱਛਣਾ ਚਾਹੂੰਗਾ ਕਿ ਜਿਵੇਂ ਜੇ ਖਾਲਿਸਤਾਨ ਦੀ ਗੱਲ ਹੈਗੀ ਹੈ ਜਿਹੜੀ ਉਹ ਜੇ ਇੰਡੀਆ ਦਾ ਜਿਹੜਾ ਸੁਪਰੀਮ ਕੋਰਟ ਹੈਗਾ ਉਹਦੇ ਵੱਲੋਂ ਵੀ ਇਸ ਗੱਲ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਇਹ ਜਿਹੜਾ ਕੇਸ ਹੈ ਸੁਪਰੀਮ ਕੋਰਟ ਚੋਂ ਜਿੱਤਿਆ ਜਾ ਚੁੱਕਿਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ ਬਕਾਇਦਾ ਉਹ ਪੀਸਫੁਲੀ ਹੋਵੇ ਤੁਸੀਂ ਝੰਡੇ ਲਾ ਸਕਦੇ ਹੋ ਪੋਸਟਰ ਲਾ ਸਕਦੇ ਹੋ ਬੈਨਰ ਲਾ ਸਕਦੇ ਹੋ ਆਪਣੀ ਮੰਗ ਕਰ ਸਕਦੇ ਹੋ ਵਿਦ ਇਨ ਦ ਕੰਸਟੀਟਿਊਸ਼ਨਲ ਰਾਈਟਸ ਰਹਿੰਦਿਆਂ ਹੋਇਆਂ ਇਸ ਗੱਲ ਦੀ ਮਾਨਤਾ ਹੈਗੀ ਹੈ ਸੋ ਕਿਉਂ ਇਹ ਇੰਨਾ ਜ਼ਿਆਦਾ ਹਊਆ ਬਣਾਇਆ ਜਾਂਦਾ ਭਾਵੇਂ ਉਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੋਵੇ ਇਲੈਕਟਿਡ ਅਫੀਸ਼ਲਸ ਦੇ ਵੱਲੋਂ ਹੋਵੇ ਜਾਂ ਮੀਡੀਆ ਦੇ ਵੱਲੋਂ ਤੇ ਜਿਵੇਂ ਅਸੀਂ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਗੱਲ ਕਰ ਰਹੇ ਹਾਂ ਇਹਨਾਂ ਦੇ ਵੱਲੋਂ ਹੋਵੇ ਇਹ ਕਿਉਂ ਹੈ ਇਹਦਾ ਕੀ ਕਾਰਨ ਹੈ ਇੱਕ ਮਿੰਟ ਦੇ ਵਿੱਚ ਜਵਾਬ ਦਿਓ ਜੀ ਇਹਦਾ ਕਾਰਨ ਇਹ ਹੈ ਜੀ ਕੈਪਟਨ ਨੇ ਜਿਹੜੇ ਮੁੱਦਿਆਂ ਤੇ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਸੀ ਉਹ ਮੁੱਦੇ ਉਹਨਾਂ ਤੋਂ ਹੱਲ ਨਹੀਂ ਹੋਣੇ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ ਉਹ ਇਹਨਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਉਹ ਜਿਹੜਾ ਖਾਲਿਸਤਾਨ ਵਾਲਾ ਸਹੀ ਮੁੱਦਾ ਆ ਲੋਕਾਂ ਦੇ ਵਿੱਚ ਸਰਕਾਰੀ ਅੱਤਵਾਦ ਦਾ ਡਰ ਤੇ ਸਹਿਮ ਪਾਉਣਾ ਚਾਹੁੰਦੇ ਨੇ ਮੇਰੇ ਖਿਆਲ ਚ ਇਹ ਤੋਂ ਵਧੀਆ ਤਾਂ ਮੈਂ ਜਵਾਬ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿੱਖ ਜਿਹੜੇ ਵੱਖਰਾ ਇੱਕ ਆਜ਼ਾਦ ਦੇਸ਼ ਲੈ ਸਕਣ ਜੀ ਉਹਨਾਂ ਦੀ ਕੋਸ਼ਿਸ਼ ਆ ਜੀ ਜੀ ਬਿਲਕੁਲ ਸੁਖਦੇਵ ਸਿੰਘ ਜੀ ਅਸੀਂ ਸਾਡੇ ਅਗਲੇ ਟੌਪਿਕ ਦੇ ਵੱਲ ਚੱਲਦੇ ਹਾਂ ਜਿਵੇਂ ਕਾਮਾਗਾਟਾ ਮਾਰੂ ਦਾ ਜਿਹੜਾ ਜੀ ਤਾਂਹੀਓ ਮੇਰੇ ਖਿਆਲ ਜਿਹੜੀ ਥੋੜੀ ਜਿਹੀ ਕਨਵਰਸੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ ਤੇ ਜਿਹੜਾ ਕਾਮਾਗਾਟਾ ਮਾਰੂ ਦੀ ਟ੍ਰੈਜਡੀ ਸੀ ਉਹਨੂੰ 103 ਸਾਲ ਪੂਰੇ ਹੋ ਚੁੱਕੇ ਆ ਤੇ ਉਹਦੇ ਤੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਜਸਟਿਨ ਟਰੂਡੋ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਮੁਆਫ਼ੀ ਮੰਗੀ ਗਈ ਹੈ ਦੁਬਾਰਾ ਸਿੱਖ ਕੌਮ ਦੇ ਵੱਲੋਂ ਇਹਨੂੰ ਤੁਸੀਂ ਇਹਦੀ ਕੀ ਅਹਿਮੀਅਤ ਸਮਝਦੇ ਹੋ ਕਿ ਨਾਲੇ ਕੰਪੈਰੀਜ਼ਨ ਦੇ ਵਿੱਚ ਕਿਵੇਂ ਦੇਖਦੇ ਹੋ ਇੰਡੀਆ ਦੇ ਨਾਲ ਜਿੱਥੇ ਘਾਣ ਹੋ ਰਿਹਾ ਸਿੱਖਾਂ ਦੇ ਨਾਲ ਵੀ ਜ਼ਿਆਦਤੀਆਂ ਹੋਈਆਂ ਨੇ ਕਸ਼ਮੀਰ ਦੇ ਵਿੱਚ ਵੀ ਤੇ ਜਦੋਂ ਅਸੀਂ ਮੁਸਲਮਾਨਾਂ ਦੀਆਂ ਦਲਿਤਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਵੀ ਜ਼ਿਆਦਤੀਆਂ ਹੋ ਰਹੀਆਂ ਨੇ ਮੁਆਫ਼ੀ ਮੰਗਣਾ ਤਾਂ ਇੱਕ ਪਾਸੇ ਰਿਹਾ ਤੇ ਇੱਥੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਤਾਂ ਜਸਟਿਨ ਟਰੂਡੋ ਵੱਲੋਂ ਪਹਿਲਾਂ ਜਿੱਥੇ ਆਫੀਸ਼ੀਅਲੀ ਮੁਆਫ਼ੀ ਮੰਗੀ ਗਈ ਸੀ ਪਿਛਲੇ ਸਾਲ ਤੇ ਹੁਣ ਜਦੋਂ ਹੈਗਾ ਉਹ ਦੁਬਾਰਾ ਉਸ ਵਰੇਗੰਢ ਦੇ ਉਹਨੂੰ ਦੁਹਰਾਇਆ ਗਿਆ ਇਹਦੀ ਕਿੰਨੀ ਕੁ ਅਹਿਮੀਅਤ ਹੈ ਇਹਦੀ ਜੀ ਬਹੁਤ ਵੱਡੀ ਅਹਿਮੀਅਤ ਹੈ ਪਿਛਲੇ ਸਾਲ ਜਦੋਂ ਇਹ ਮਾਫ਼ੀ ਮੰਗੀ ਗਈ ਸੀ ਅਫੀਸ਼ਲ ਤੌਰ ਤੇ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਅਤੇ ਵਿਰੋਧੀ ਧਿਰ ਦੇ ਜਿੰਨੇ ਵੀ ਨੇਤਾ ਸਨ ਐਨ ਡੀ ਪੀ ਦੇ ਕੰਸਰਵੇਟਿਵ ਦੇ ਅਤੇ ਬਲਾਕ ਪਾਰਟੀ ਦੇ ਉਹਨਾਂ ਸਾਰਿਆਂ ਨੇ ਇਸ ਗੱਲ ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ ਕਿਉਂਕਿ 103 ਸਾਲ ਪਹਿਲਾਂ ਜੋ ਇਹ ਦੁਖਾਂਤ ਸਾਡੀ ਕਮਿਊਨਿਟੀ ਸਾਡੇ ਭਾਈਚਾਰੇ ਦੇ ਨਾਲ ਇਹਦੇ ਵਿੱਚ ਉਸ ਸਮੇਂ ਹਿੰਦੂ ਭਾਈਚਾਰੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਨ ਅੱਜ ਉਹਨਾਂ ਨੂੰ ਮੋੜਿਆ ਗਿਆ ਸੀ ਕਿਉਂਕਿ ਉਹ ਇੱਕ ਦੁਖਾਂਤ ਭਰਿਆ ਕਹਿੰਦਾ ਸੀਗਾ ਆਪਣੇ ਆਪ ਚ ਬਹੁਤ ਵੱਡੀ ਘਟਨਾ ਸੀ ਕਿ ਤੁਸੀਂ ਇਸ ਰੰਗ ਦੇ ਲੋਕ ਇਸ ਤਰ੍ਹਾਂ ਇੱਥੇ ਨਹੀਂ ਆ ਸਕਦੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਮਿਲ ਸਕਦੀ ਪਰ ਹੁਣ ਕਿਉਂਕਿ ਸਮਾਜ ਚੇਂਜ ਹੋਇਆ ਪਹਿਲਾਂ ਇਸ ਤੋਂ ਜਿਹੜੇ ਆਪਣੇ ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਚੀਫ ਮਿਨਿਸਟਰ ਹੋਣੇ ਮਾਫ਼ੀ ਤਾਂ ਉਹਨਾਂ ਨੇ ਵੀ ਮੰਗੀ ਸੀ ਪਰ ਉਹਨਾਂ ਨੇ ਪਾਰਲੀਮੈਂਟ ਵਿੱਚ ਨਹੀਂ ਸੀ ਮੰਗੀ ਸੋ ਇਹਦੀ ਜਿਹੜੀ ਅਹਿਮੀਅਤ ਪਾਰਲੀਮੈਂਟ ਵਿੱਚ ਮੰਗਣ ਦੀ ਆ ਜਾਂ ਹੋਰ ਚਾਈਨੀ ਇਸ਼ੂ ਸੀ ਜਾਂ ਇੱਥੇ ਦੇ ਸਾਡੇ ਫਸਟ ਨੇਸ਼ਨ ਦੇ ਲੋਕਾਂ ਦਾ ਇਸ਼ੂ ਹੁੰਦਾ ਕਿਉਂਕਿ ਜਦੋਂ ਜਿਹੜਾ ਕੋਈ ਕਾਨੂੰਨ ਬਣਾਇਆ ਜਾਂਦਾ ਉਹ ਕਾਨੂੰਨ ਪਾਰਲੀਮੈਂਟ ਦੇ ਵਿੱਚ ਹੀ ਬਣਾਇਆ ਜਾਂਦਾ ਤਾਂ ਫਿਰ ਉਹ ਲਾਗੂ ਵੀ ਕਹਿ ਲਓ ਪਾਰਲੀਮੈਂਟ ਦੇ ਵੱਲ ਹੁੰਦਾ ਤਾਂ ਉਹਦੀ ਮਾਫ਼ੀ ਵੀ ਪਾਰਲੀਮੈਂਟ ਵਿੱਚ ਹੀ ਮੰਗਣੀ ਬਣਦੀ ਆ ਦੂਜੇ ਪਾਸੇ ਇੱਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ 8ਵੀਂ ਵਰੇਗੰਢ ਸੀ ਤਾਮਿਲ ਅਤੇ ਸ੍ਰੀਲੰਕਾ ਵਾਲਾ ਮੁੱਦਾ ਸੀ ਉਹਨਾਂ ਦੇ ਮੁੱਦੇ ਤੇ ਵੀ ਉਹਨਾਂ ਨੇ ਆਪਣੇ ਬਿਆਨ ਦਿੱਤੇ ਨੇ ਸ੍ਰੀਲੰਕਾ ਦੀ ਸਰਕਾਰ ਨੂੰ ਜਵਾਬ ਦੇ ਬੁਲਾਉਣ ਦੀ ਗੱਲਬਾਤ ਵੀ ਕੀਤੀ ਆ ਸੋਲਿਡਾਰਿਟੀ ਦੀ ਗੱਲ ਵੀ ਕੀਤੀ ਆ ਅਤੇ ਕਿਉਂਕਿ ਇੰਟਰਨੈਸ਼ਨਲ ਲੈਵਲ ਉੱਤੇ ਜਾਂ ਕਾਮਨਵੈਲਥ ਦੇ ਜਿਹੜੇ ਦੇਸ਼ ਨੇ ਉਹਨਾਂ ਵੱਲੋਂ ਇੱਕ ਇਨਕੁਆਇਰੀ ਦੀ ਮੰਗ ਵੀ ਪੰਜਾਬ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਕੀਤੀ ਹੈ
ਔਰ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਕਿ ਜੋ ਭਾਰਤ ਵਿੱਚ ਕੀਤਾ ਗਿਆ, ਭਾਰਤ ਦੇ ਵਿੱਚ ਜਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਉੱਥੇ ਅਕਾਲੀ ਦੀ ਸਰਕਾਰ ਰਹੀ ਆ, ਬੀਜੇਪੀ ਭਾਈਵਾਲ ਰਹੀ ਆ, ਉਹਨਾਂ ਨੇ ਅਜੇ ਤੱਕ ਜਿਹੜਾ ਜੂਨ 1984 ਨਵੰਬਰ 1984 ਸੀ ਉਸ ਘੱਲੂਘਾਰੇ ਦੀ ਜਾਂ ਸਿੱਖ ਜੈਨੋਸਾਈਡ ਵਾਲੇ ਮੁੱਦੇ ਤੇ ਕੋਈ ਮਾਫ਼ੀ ਨਹੀਂ ਮੰਗੀ ਜਾਂ ਨਾ ਹੀ ਭਾਰਤ ਦੀ ਸਰਕਾਰ ਨੇ ਸਿਰਫ ਤੋਂ ਸਿਰਫ ਪ੍ਰਾਈਮ ਮਿਨਿਸਟਰ ਆਪਣੇ ਉਸ ਸਮੇਂ ਦੇ ਜਿਹੜੇ ਮਨਮੋਹਨ ਸਿੰਘ ਸਨ ਉਹਨਾਂ ਨੇ ਇਸ ਘਟਨਾ ਬਾਰੇ ਜ਼ਰੂਰ ਗੱਲਾਂ ਕੀਤੀਆਂ, ਪਰ ਅਫੀਸ਼ਲ ਤੌਰ ਤੇ ਭਾਰਤ ਦੇ ਪਾਰਲੀਮੈਂਟ ਵਿਚ ਨਾ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿਚ ਕੋਈ ਇਹੋ ਜਿਹਾ ਮਤਾ ਲੈ ਕੇ ਆਉਂਦਾ ਬੇਸ਼ਕ ਕੋਈ ਜੈਨੋਸਾਈਡ ਵਾਲਾ ਸੀਗਾ। ਹੁਣ ਤੁਸੀਂ ਦੇਖਿਆ ਹੋਣਾ ਕਿ ਜਦੋਂ ਜਿਹੜਾ ਅਟਾਰੀ ਦੀ ਅਸੈਂਬਲੀ ਵਿਚ ਮਤਾ ਪਾਸ ਹੁੰਦਾ ਇਹਦੇ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹੋ ਜਿਹਾ ਮਤਾ ਜਿਹੜਾ ਪੰਜਾਬ ਦੀ ਅਸੈਂਬਲੀ ਵਿਚ ਵੀ ਪਾਸ ਹੋਣਾ ਚਾਹੀਦਾ। ਜਦੋਂ ਥੋੜਾ ਜਿਹਾ ਘੂਰਿਆ ਬੀਜੇਪੀ ਵਾਲਿਆਂ ਨੇ ਉਸ ਨੇ ਵੀ ਯੂਟਰਨ ਮਾਰ ਲਈ। ਬੇਸ਼ਕ ਰਾਜਨਾਥ ਸਿੰਘ ਨੇ ਜਿਹੜੀ ਇੱਕ ਯਾਦਗਾਰ ਉੱਥੇ ਬਣੀ ਹੋਈ ਦਿੱਲੀ ਵਿਚ ਉੱਥੇ ਉਸਦਾ ਉਦਘਾਟਨ ਕੀਤਾ, ਪਰ ਸਰਕਾਰੀ ਤੌਰ ਤੇ ਜਿਹੜੀ ਮਾਨਤਾ ਮਿਲਣੀ ਚਾਹੀਦੀ ਸੀ ਉਹ ਇਸ ਮਾਨਤਾ ਦਬਾਉਣ ਵਿਚ ਬਿਲਕੁਲ ਫੇਲ ਹੋਇਆ, ਕਿਉਂਕਿ ਉਹ ਤਾਂ ਮੇਰੇ ਖਿਆਲ ਚ ਜ਼ੁਲਮ ਕਰਕੇ ਆਪਣੇ ਆਪ ਚ ਮਾਣ ਮਹਿਸੂਸ ਕਰਦੇ ਨੇ। ਉੱਥੇ ਦੇ ਜਿਹੜੇ ਵੱਡੇ ਵੱਡੇ ਮਨਿਸਟਰ ਨੇ ਆ ਜਗਦੀਸ਼ ਟਾਈਟਲਰ ਜਾਂ ਹੋਰ ਆਪਾਂ ਉਹਨਾਂ ਦੇ ਨਾਂ ਲੈ ਸਕਦੇ ਸੱਜਣ ਕੁਮਾਰ ਵਰਗਿਆਂ ਦੇ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਜਾਂਦਾ। ਇਸੇ ਤਰ੍ਹਾਂ ਹੁਣ ਆਪਾਂ ਬੀਜੇਪੀ ਦਾ ਦੇਖ ਸਕਦੇ ਹਾਂ, ਉਹਨਾਂ ਦੇ ਮਨਿਸਟਰ ਕੀ ਕਰ ਰਹੇ ਨੇ। ਜਿਹੜੀ ਮਹਾਰਾਜ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਪਹਿਲਾਂ ਜੀਤਾਂ ਦੇ ਮੂਹਰੇ ਬੰਨੋ, ਜਾਂ ਓਵਰਆਲ ਜਿਹੜਾ ਗਲਤਾਂ ਦੇ ਨਾਲ ਜੋ ਕੁਛ ਹੋ ਰਿਹਾ ਜਾਂ ਕਸ਼ਮੀਰ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਇੰਟਰਨੈਸ਼ਨਲ ਲੈਵਲ ਇਹ ਵੀ ਇਸ ਨੂੰ ਬਹੁਤ ਵੱਡੇ ਲੈਵਲ ਤੇ ਪ੍ਰਚਾਰਿਆ ਜਾ ਰਿਹਾ, ਪਰ ਉੱਥੇ ਦੀਆਂ ਸਰਕਾਰਾਂ ਉੱਥੇ ਦਾ ਮੀਡੀਆ ਵੀ ਸਾਰਾ ਕੁਝ ਉਹਨਾਂ ਦੀ ਬੋਲੀ ਬੋਲਦਾ। ਜੇ ਮੰਨ ਲਓ ਅਮਰੀਕਾ ਦੇ ਵਿੱਚ ਟਰੰਪ ਨੂੰ ਕੋਈ ਲਾਈਕ ਨੀ ਕਰਦਾ ਜਾਂ ਘੱਟ ਲਾਈਕ ਕਰਦੇ ਨੇ ਜਾਂ ਵੱਧ ਲਾਈਕ ਕਰਦੇ ਨੇ, ਪਰ ਦੂਜੇ ਪਾਸੇ ਕੁਝ ਮੀਡੀਆ ਆ ਜਿਹੜਾ ਲਗਾਤਾਰ ਗੱਲ ਕਰਦਾ ਆ ਰਿਹਾ। ਜੇ ਅਮਰੀਕਾ ਦੇ ਵਿੱਚ ਟਰੰਪ ਉਹਨਾਂ ਨੇ ਬੈਨ ਲਾਇਆ 7 ਮੁਸਲਿਮ ਕੰਟਰੀ ਤੋਂ, ਅਮਰੀਕਾ ਦੇ ਲੋਕਾਂ ਨੇ ਅਮਰੀਕਾ ਦੇ ਸਿਸਟਮ ਨੇ ਉਹਦਾ ਵਿਰੋਧ ਵੀ ਕੀਤਾ, ਪਰ ਉੱਥੇ ਤਾਂ ਜਿਹੜਾ ਕੋਈ ਕੋਈ ਬੰਦਾ ਜਾਂ ਕਹਿ ਲਓ ਕੋਈ ਸੰਸਥਾ ਜਾਂ ਕੋਈ ਘੱਟ ਗਿਣਤੀ ਵਾਲੇ ਕੋਸ਼ਿਸ਼ ਕਰਦੇ ਨੇ ਥੋੜਾ ਬਹੁਤ ਕਰਨ ਦੀ ਕੁਛ ਮੀਡੀਆ ਵਿੱਚ ਵੀ, ਉਹਨਾਂ ਦੇ ਦੇਸ਼ ਧਰੋਹੀ ਦੇ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ। ਜੇ ਕੋਈ ਮੋਦੀ ਦੇ ਖਿਲਾਫ਼ ਬੋਲਦਾ ਉਹਨੂੰ ਉਹਦੇ ਤੇ ਵੀ ਜਿਹੜਾ ਜੀ ਬਿਲਕੁਲ ਸੁਖਦੇਵ ਸਿੰਘ ਜੀ, ਸਾਡਾ ਅੱਜ ਦਾ ਜਿਹੜਾ ਸੁਖਦੇਵ ਸਿੰਘ ਜੀ ਜਿਹੜਾ ਅੱਜ ਦੇ ਸਾਡਾ ਪ੍ਰੋਗਰਾਮ ਹੈਗਾ ਉਹਦਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ, ਤੇ ਮੈਂ ਇੱਥੇ ਹੀ ਤੁਹਾਨੂੰ ਮਾਫ਼ੀ ਵੀ ਚਾਹੂੰਗਾ ਤੁਹਾਡੇ ਕੋਲੋਂ ਤੁਹਾਨੂੰ ਇੰਟਰਪਟ ਕਰਨ ਦੇ ਲਈ, ਪਰ ਤੁਹਾਡੀ ਗੱਲ ਠੀਕ ਹੈਗੀ ਹੈ। ਜਦੋਂ ਅਸੀਂ ਇਸ ਸੁਸਾਇਟੀ ਵੱਲ ਦੇਖਦੇ ਹਾਂ ਤਾਂ ਜਿਹੜੀ ਇੱਕ ਨਿਰਪੱਖਤਾ ਦੀ ਗੱਲ ਹੁੰਦੀ ਹੈ, ਆਪਣੇ ਤਰੀਕੇ ਦੇ ਨਾਲ ਕੰਮ ਕਰਨ ਦੀ ਲਾਈਨ ਹੁੰਦੀ ਹੈ ਉਹ ਨਜ਼ਰ ਆਉਂਦੀ ਹੈ, ਮੀਡੀਆ ਆਪਣੇ ਤੌਰ 'ਤੇ ਕੰਮ ਕਰਦਾ ਅਤੇ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਉਹ ਆਪਣੇ ਤੌਰ 'ਤੇ, ਉੱਥੇ ਜਿਹੜੀ ਇੱਦਾਂ ਦੀ ਆਜ਼ਾਦੀ ਹੈ ਭਾਰਤ ਦੇ ਵਿੱਚ ਉਹ ਨਹੀਂ ਨਜ਼ਰ ਆਉਂਦੀ, ਉਹ ਸਾਰਾ ਕੁਛ ਉਸੇ ਗਲਬੇ ਦੇ ਵਿੱਚ ਜਕੜਿਆ ਹੋਇਆ ਕਿਤੇ ਨਾ ਕਿਤੇ ਨਜ਼ਰ ਆਉਂਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡੀ ਗੱਲਬਾਤ ਮੈਂ ਇੱਥੇ ਹੀ ਸੰਕੋਚਣੀ ਚਾਹੂੰਗਾ ਅਤੇ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹੂੰਗਾ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ ਅਤੇ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਸੁਖਦੇਵ ਸਿੰਘ ਜੀ, ਕਿਉਂਕਿ ਜਿਹੜੀ ਗੱਲਬਾਤ ਬਾਹਰੋਂ ਹੁੰਦੀ ਹੈ ਉਹਦਾ ਅਸਰ ਜ਼ਰੂਰ ਹੁੰਦਾ ਹਾਂਜੀ, ਤੇ ਜੀ ਬਿਲਕੁਲ ਉਹ ਚਾਹੁੰਦੇ ਨੀ ਕਿ ਜਿਹੜੇ ਉੱਥੇ ਦੇ ਲੋਕਾਂ ਤੱਕ ਕੋਈ ਆਜ਼ਾਦੀ ਦੀ ਗੱਲ ਪਹੁੰਚੇ, ਉਹ ਉੱਥੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ। ਧੰਨਵਾਦ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਵਿਊਰਸ, ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲੋਂ ਵੀ ਅਖੀਰ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੂੰਗਾ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਦੇ ਰਾਹੀਂ ਡੋਨੇਟ ਕਰਨਾ ਹੋਵੇ ਤਾਂ ਸਾਨੂੰ ਸਾਡੇ ਐਡਰੈਸ 'ਤੇ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਭੇਜ ਸਕਦੇ ਹੋ। ਐਡਰੈਸ ਨੋਟ ਕਰ ਸਕਦੇ ਹੋ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ। ਜ਼ਿਪ ਕੋਡ ਹੈਗਾ 11101। ਇੱਕ ਵਾਰ ਮੈਂ ਆਪਣੀ ਵੈਬਸਾਈਟ TV84 ਦੀ ਦੁਬਾਰਾ ਰਿਪੀਟ ਕਰਦਿਆਂ, www.tv84.tv। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ, ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।